ਸਟੈਂਡ ਕਰਕੇ ਦਿਖਾਉਣਾ ਕਿੱਥੇ ਹੋ ਸਟੈਂਡ ਉਹ ਰਹਿਣ ਦੇ ਉਹ ਪੁੱਠਾ ਹੋ ਜਾਣਾ ਇਹਨੇ ਲੈ ਯਾਰ ਉਹੀ ਗੱਲਾਂ ਕਰੀ ਜਾਂਦਾ ਤੂੰ गेड़े गुड़े देखे ने ता खड़ा मैंने कड़े हूं हूं ही खड़ा देना जी भजदा बहुत आ भाई मैं रोड से लेके आया भी आके तुसी सत श्री अकाल जी सारे वीरां नूं स्वागत है जी थोड़ा अपनी एक नवी वीडियो दे विच ते अज भाई मोटर वाल आए सीगे कख वड्ढण सवेरे सवेरे कख वड्ढ ले जी दे आ जी ते बाद च फिर तुहानू पता एजेंसी च भी जाना हुंदा है ते भाई अपने कोल एक ट्रैक्टर आया युवराज 215 ते इह ट्रैक्टर भाई जी सेल वास्ते है तो एक गल होर दस देने भी अपने बिच नहीं कट्टिया होया ट्रैक्टर अपने सीधा ही लिया होया तो भाई मॉडल 2015 है तो बाकी एक बार थोड़ा ट्रैक्टर दिखा दें सारा ए टू जैड सो जिन्हें भी भाई मेरे किसी वीर भरा ने लेना होया ट्रैक्टर चंगी तरह देख लियो थोड़ा ट्रैक्टर बारे सारी जानकारी दे दें आ जाओ भाई कर दें जी वीडियो शुरू लो जी पहला ट्रैक्टर देखो तुसी युवराज 215 छोटा भाई मिनी ट्रैक्टर भी कह देने इन्हों तो आ पिछे रेड़ा पाया हुआ भाई कख रेण चलिया वैसे 3-4 दिन हो गए ट्रैक्टर कोले अपने ये तो चलो कख अंडे वास्ते वधिया ये छोटा ट्रैक्टर है तो सब तो पहला गल दस देने भाई एक सिलेंडर ट्रैक्टर है ये एक सिलेंडर ट्रैक्टर का खर्चा बहुत ज्यादा तो बाकी गल करिए हॉर्स पावर की तो यह भाई 15 HP का ट्रैक्टर आ तो जी इंजन है यदा इंजन 864 CC का इंजन है वीरे 864 CC का इंजन है 15 HP यदि हॉर्स पावर है जी बाकी भाई तुसी टायर देख लो ट्रैक्टर के लगभग 70-80 पैसे टायर खड़े हैं ट्रैक्टर के आ देख सकते हो तुसी 70-80 पैसे टायर खड़े हैं 8x18 के टायर है पिछले तो गुड़ियर के टायर लगे हुए भाई ट्रैक्टर नूं बाकी रिम रुम देख लो पूरे वधिया पए हैं तो मुरले टायरों की गल करिए भाई मुरले टायर भी इनू लगे हुए पोलो दे ते मुरले टायर पोलो दे 4x74 कुछ इदा लिखा हुआ भाई मुरले टायर भी भाई वधिया खड़े हैं 60 पैसे खड़े हैं मुरले टायर भी बाकी भाई तुसी ट्रैक्टर की कंडीशन चैक करो बिल्कुल साफ है रंग रुंग का खड़ा मॉडल भी 2015 मॉडल है ਰੋਪੜ ਦਾ ਹੀ ਨੰਬਰ ਹੈ ਪਹਿਲੇ ਹੀ ਮਾਲਕਾਂ ਦੇ ਨਾਮ ਹੈ ਟਰੈਕਟਰ ਅਤੇ ਬਾਕੀ ਤੁਹਾਨੂੰ ਦਿਖਾ ਦਿੰਦੇ ਅੱਗੇ ਪਿੱਛੇ ਦੇ ਟਰੈਕਟਰ ਆ ਦੇਖ ਲਓ ਬਾਈ ਐਡਾ ਬੜਾ ਟਰੈਕਟਰ ਨਹੀਂ ਐਡਾ ਬੜਾ ਰੇੜਾ ਪਾਇਆ ਹੋਇਆ ਮਗਰ ਕੱਲ੍ਹ ਵੀ ਮੈਂ ਮੰਨ ਕੇ ਚੱਲੋ ਵੀ 2-2.5 ਕੁਇੰਟਲ ਚਾਰਾ ਲੈ ਕੇ ਜਾਂਦਾ ਰੋਹ ਟਰੈਕਟਰ 'ਤੇ ਵਧੀਆ ਉੱਦਾਂ ਹੀ ਖਾਲੀ ਉਹ ਚੱਲੀ ਜਾਂਦਾ ਛੋਟੇ ਮੋਟੇ ਕੰਮਾਂ ਵਾਸਤੇ ਬਹੁਤ ਵਧੀਆ ਜੀ ਜਿੱਦਾਂ ਤੁਸੀਂ ਕੱਖ ਅੰਡੇ ਵੱਧ ਰੱਖਣਾ ਬਾਕੀ ਖਾਸ ਕਰਕੇ ਉਹਨਾਂ ਵੀਰਾਂ ਵਾਸਤੇ ਜਿਹੜੇ ਬਾਗਾਂ ਦੀ ਖੇਤੀ ਕਰਦੇ ਆ ਜੀ ਜਿਨ੍ਹਾਂ ਕੋਲ ਬਾਗ ਹੈ ਜਾਂ ਸਬਜ਼ੀ ਦਾ ਕੰਮ ਆ ਜਿਹਨੇ ਛੋਟਾ ਰੂਟਾਵੀਟਰ ਚਲਾਉਣਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਜੀ ਇਹ ਅਤੇ ਇੱਕ ਵਾਰ ਤੁਹਾਨੂੰ ਇੱਧਰੋਂ ਵੀ ਦਿਖਾ ਦਿੰਦੇ ਆ ਜੋ ਆ ਦੇਖ ਲਓ ਸਾਰਾ ਕੁਛ ਬਾਈ ਦੂਜੇ ਟਰੈਕਟਰ ਮੰਗਣੇ ਲੱਗਿਆ ਹੋਇਆ ਆਲਟਰਨੇਟਰ ਆ ਗਿਆ ਹੋਰਨ ਲੱਗਿਆ ਹੋਇਆ ਆਹ ਸਲਫ ਆ ਗਈ ਅਤੇ ਆਹ ਨਾਲੇ ਬੈਟਰੀ ਆ ਗਈ ਜੀ ਅਤੇ ਆਹ ਥੱਲੇ ਦਾ ਲਿਫਟ ਵਾਲਾ ਫਿਲਟਰ ਲੱਗਿਆ ਹੋਇਆ ਉਹ ਥੱਲੇ ਵਾਲਾ ਆਹ ਆਪਣਾ ਉੱਪਰ ਵਾਲਾ ਆਇਲ ਦਾ ਫਿਲਟਰ ਹੈ ਅਤੇ ਬਾਕੀ ਬਾਈ ਜੀ ਇਹਦੇ ਟਰੈਕਟਰ ਦੀ ਵਜ਼ਨ ਦੀ ਗੱਲ ਕਰੀਏ ਤਾਂ 8 ਕੁਇੰਟਲ ਟਰੈਕਟਰ ਦਾ ਵਜ਼ਨ ਹੈ ਆਪਣਾ 8 ਕੁਇੰਟਲ ਇਹਦਾ ਆਪਣਾ ਵਜ਼ਨ ਹੈ ਅਤੇ ਬਾਕੀ ਬਾਈ ਜੋ ਇਹਦੇ 'ਚ ਲਿਖਿਆ ਹੋਇਆ ਹੈ ਉਹ ਕਹਿੰਦੇ ਵੀ 7 ਕੁਇੰਟਲ 80 ਕਿਲੋ ਉਹਦੀ ਲਿਫਟ ਕਪੈਸਿਟੀ ਹੈ ਬਾਕੀ ਬਾਈ ਚੱਕ ਕੇ ਤਾਂ ਫਿਲਹਾਲ ਦੇਖੀ ਨਹੀਂ ਹੈਗੀ 7 ਕੁਇੰਟਲ 80 ਕਿਲੋ ਉਹਦੀ ਲਿਫਟ ਕਪੈਸਿਟੀ ਹੈ ਟਰੈਕਟਰ ਦੀ ਅਤੇ ਇੱਕ ਸਿਲੰਡਰ ਉਹ ਤੁਹਾਨੂੰ ਦੱਸਤਾ ਜੀ ਸਾਰੇ ਵੀਰਾਂ ਨੂੰ ਅਤੇ ਬਾਕੀ ਬਾਅਦ ਤੁਹਾਨੂੰ ਇੱਕ ਵਾਰ ਥੋੜ੍ਹਾ ਜਿਹਾ ਚਲਾ ਕੇ ਵੀ ਚੱਕਦਾ ਮੀਟਰ ਵੀ ਦੇਖ ਲਓ ਟਰੈਕਟਰ ਦੇ ਮੀਟਰ ਮੂਟਰ ਡਿਜੀਟਲ ਮੀਟਰ ਹੈ ਬਾਈ ਅਤੇ ਆਹ ਇੱਧਰ ਤੇਲ ਵਾਲਾ ਮੀਟਰ ਇਹ ਵੀ ਚੱਲਦਾ ਬਾਈ ਜੀ ਆਹ ਇੱਧਰ ਟੈਂਪਰੇਚਰ ਆ ਗਿਆ ਅਤੇ ਦੋਨੇ ਮੀਟਰ ਵਰਕਿੰਗ ਵਿੱਚ ਹੈ ਵੀਰੇ ਸੋ ਬਾਈ ਇਹਦਾ ਟਰੈਕਟਰ ਦਾ ਜਿੰਨਾ ਅੱਗੇ ਨੂੰ ਚੱਲਦਾ ਹੈ ਜਿੰਨੀਆਂ ਸਪੀਡਾਂ ਅੱਗੇ ਨੂੰ ਉਨੀਆਂ ਹੀ ਪਿੱਛੇ ਨੂੰ ਹੈ 3 ਗੇਅਰ ਇਹਦੇ ਅੱਗੇ ਨੂੰ ਹੈ ਅਤੇ ਉਨੀਆਂ ਹੀ ਸਪੀਡਾਂ ਪਿੱਛੇ ਨੂੰ ਬੈਕ ਨੂੰ ਵੀ ਉਨਾ ਹੀ ਭੱਜਦਾ ਅੱਗੇ ਨੂੰ ਵੀ ਉਨਾ ਹੀ ਭੱਜਦਾ ਹੈ ਆ ਇਹਦਾ ਦੇਖ ਲਓ ਗੇਅਰ ਲੱਗੇ ਹੋਏ ਆ ਸਭ ਤੋਂ ਥੱਲੇ ਆ ਇਹਦਾ ਰਿਵਰਸ ਉਹਦੇ ਬਾਅਦ ਨਿਊਟਰਲ ਆ ਗਿਆ ਉਹਦੇ ਬਾਅਦ ਲੋਅ ਆ ਗਿਆ ਉਹਦੇ ਬਾਅਦ ਹਾਈ ਆ ਗਿਆ ਠੀਕ ਹੈ ਜੀ ਇੱਧਰ ਆਹ ਗੇਅਰ ਲੱਗੇ ਹੋਏ ਆ ਗਿਆ ਜੀ ਪਹਿਲਾ ਗੇਅਰ ਉਰੇ ਦੂਜਾ ਅਤੇ ਆ ਗਿਆ ਫਿਰ ਦੂਜਾ ਫਿਰ ਆ ਗਿਆ ਨਿਊਟਰਲ ਫਿਰ ਤੀਜਾ ਜੀ ਸੋ ਬਾਈ ਆ ਇਹਦੀ ਉਹ ਪਈ ਆ ਆਪਣੇ ਟੋਪ ਲਿੰਕ ਪਈ ਆ ਜੀ ਅਤੇ ਬਾਕੀ ਜੋ ਵੀ ਅਸੈਸਰੀ ਹੈਗੀ ਸਾਰੀ ਟਰੈਕਟਰ ਦੇ ਨਾਲ ਦੇਵਾਂਗੇ ਵੀਰੇ
ਤੇ ਜੇ ਹੋਰ ਗੱਲ ਕਰੀਏ ਇਹਦੇ ਨਾਲ ਹਲ ਸੁਆਗਾ ਵੀਰੇ ਕੁਛ ਨਹੀਂ ਸਿਰਫ ਇਕੱਲਾ ਹੀ ਟਰੈਕਟਰ ਦੇਵਾਂਗੇ ਆਪਾਂ PV12 ਰੋਪੜ ਦਾ ਹੀ ਨੰਬਰ ਹੈ ਟਰੈਕਟਰ ਦਾ ਜੀ ਬਾਕੀ ਇੱਕ ਵਾਰ ਤੁਹਾਨੂੰ ਬਾਈ ਟਰੈਕਟਰ ਚਲਾ ਕੇ ਵੀ ਜ਼ਰੂਰ ਦਿਖਾਉਂਦੇ ਹਾਂ ਵੀ ਕਿਵੇਂ ਚੱਲਦਾ ਟਰੈਕਟਰ ਅਤੇ ਆਹ ਦੇਖੋ ਬਾਈ ਬੰਪਰ ਵੀ ਲੱਗਿਆ ਹੋਇਆ ਮੂਹਰੇ 'ਤੇ ਵੀ ਟਰੈਕਟਰ ਸਾਫ਼ ਆ ਦੇਖ ਲਓ ਬੰਪਰ ਨੂੰ ਥੋੜ੍ਹਾ ਜਿਹਾ ਪੇਂਟ ਹੋਣਾ ਹੈ ਅਤੇ ਮੇਰੇ ਹਿਸਾਬ ਨਾਲ ਬਾਅਦ 'ਚ ਇਹ ਬੰਪਰ ਲਵਾਇਆ ਹੋਇਆ ਇਹ ਪੇਂਟ ਹੋਣਾ ਉੱਦਾਂ ਟਰੈਕਟਰ ਸਾਫ਼ ਆ ਬਾਈ ਪੂਰਾ ਸ਼ੋਰੂਮ ਨਵਿਆਂ ਵਰਗੇ ਹੀ ਲੱਗਦਾ ਵਾ ਥੋੜ੍ਹਾ ਬਹੁਤਾ ਇੰਨੇ ਧੋਤਾ ਧੁੱਤਾ ਨਹੀਂ ਹੈਗਾ ਅਜੇ ਪਾਲਸ ਪੂਲਸ ਵੱਜਣੀ ਇਹਦੇ ਪਰ ਫਿਰ ਇਹਨੇ ਚਮਕ ਜਾਣਾ ਪੂਰਾ ਐਨ ਟਰੈਕਟਰ ਨੇ ਅਤੇ ਆ ਪਿੱਛੇ ਦੇ ਵੀ ਦਿਖਾ ਦਿੰਦੇ ਬਾਈ 540 ਚੱਕਰ ਹੈ ਉਹ ਦੇਖ ਸਕਦੇ ਹੋ 540 ਚੱਕਰ ਹੈ ਜੀ ਟਰੈਕਟਰ ਲਓ ਬਾਈ ਰੋਪੜ ਪਹੁੰਚ ਗਿਆ ਟਰੈਕਟਰ ਲੈ ਕੇ ਦੁੱਧ ਲੱਗਿਆ ਹੋਇਆ ਗੇੜੇ ਦੇਣ ਟਰੈਕਟਰ ਦੇ ਇਹਨੂੰ ਮਸੀਂ ਦੇਖਿਆ ਟਰੈਕਟਰ ਇਹੋ ਜਿਹਾ ਚਲਾਉਣੇ ਵਾਲਾ ਲਓ ਬਾਈ ਟਰੈਕਟਰ ਲਿਆਂਦਾ ਰੋਪੜ ਅਤੇ ਇਹ ਕਹਿੰਦਾ ਹੁਣ ਮੈਂ ਵੀ ਦੇਖਣਾ ਚਲਾ ਕੇ ਹੁਣ ਇਹਨੇ ਗੇੜੇ ਗੂੜੇ ਦੇ ਕੇ ਤਾਂ ਖੜਾਉਣਾ ਨੇ ਕਿਹੜੇ ਹੁਣ ਹੁਣੀ ਖੜਾ ਦੇਣਾ ਜੀ ਭੱਜਦਾ ਬਹੁਤ ਆ ਬਾਈ ਮੈਂ ਰੋਡ 'ਤੇ ਲੈ ਕੇ ਆਇਆ ਭਜਾ ਕੇ ਤੁਸੀਂ ਦੇਖਿਆ ਵੀ ਹੋਊਗਾ ਵੀਡੀਓ ਵਿੱਚ ਅਤੇ ਭਜਾਈ ਬਹੁਤ ਆ ਟਰੈਕਟਰ ਜੀ ਲਾ ਉਹ ਬੱਸ ਵਿੱਚ ਨਾ ਮਾਰੀ ਸਾਡੇ ਨਾਲ ਸਟੈਂਡ ਕਰਕੇ ਦਿਖਾਉਂਦਾ ਕਿੱਥੇ ਉਹ ਸਾਡੇ ਉਹ ਰਹਿਣ ਦੇ ਉਹ ਪੁੱਠਾ ਹੋ ਜਾਣਾ ਇਹਨੇ ਲੈ ਯਾਰ ਉਹੀ ਗੱਲਾਂ ਕਰੀ ਜਾਂਦਾ ਤੂੰ ਤਾਂ ਲਓ ਬਾਈ ਜੀ ਟਰੈਕਟਰ ਤੁਹਾਨੂੰ ਦਿਖਾਤਾ ਇਹ ਹੁਣ ਆਪਣੇ ਕੋਲ ਰੋਪੜ ਆ ਗਿਆ ਬਾਈ ਟਰੈਕਟਰ ਇਹ ਏਜੰਸੀ ਵਿੱਚ ਬਾਈ ਜਿਹਨੇ ਵੀ ਲੈਣਾ ਹੈ ਕੋਈ ਮੇਰਾ ਵੀਰ ਭਰਾ ਕਿਸੇ ਨੇ ਬਾਗ ਵਾਸਤੇ ਜਾਂ ਮਾੜਾ ਮੋਟਾ ਘਰ ਵਾਸਤੇ ਛੋਟੇ ਮੋਟੇ ਕੰਮ ਵਾਸਤੇ ਲੈਣਾ ਟਰੈਕਟਰ ਤਾਂ ਬਾਈ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਅਤੇ ਰੋਪੜ ਵੇਖ ਕੇ ਖੜਾ ਬਾਈ ਟਰੈਕਟਰ ਇਹ ਅਤੇ ਬਹੁਤ ਦਿਨ ਤਾਂ ਬਾਈ ਘਰ ਰਿਹਾ ਟਰੈਕਟਰ ਇਹ 3-4 ਦਿਨ ਰੱਖਿਆ ਘਰ ਸੋ ਬਾਈ ਜਿਹਨੇ ਵੀ ਲੈਣਾ ਹੈ ਆਪਣਾ ਨੰਬਰ ਦੇ ਦੂੰਗਾ ਮੈਂ ਥੱਲੇ ਅਤੇ ਨੰਬਰ 'ਤੇ ਜਾ ਕੇ ਮੇਰੇ ਨਾਲ ਗੱਲਬਾਤ ਕਰਕੇ ਬਾਈ ਟਰੈਕਟਰ ਲੈ ਸਕਦਾ 15 ਮਾਡਲ ਹੈ ਅਤੇ ਰੇਟ ਰੂਟ ਬਾਈ ਸਾਰਾ ਕੁਝ ਦੱਸ ਦੂੰਗਾ ਰੇਟ ਬਾਈ ਵੱਧ ਨਹੀਂ ਦਿੰਦੇ ਜੋ ਰੇਟ ਹੈ ਜਾਇਜ਼ ਰੇਟ ਨਾਲ ਦੇਵਾਂਗੇ ਬਿਲਕੁਲ ਟਰੈਕਟਰ ਜਿਹੀ ਆਉਣੀ ਗਰੰਟੀ ਹੋਊਗੀ ਪੂਰੀ ਸੋ ਬਾਈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਜੀ।